दिन के अंदर हमने 29 के करीब FIRें दर्ज की हैं और इसमें 57 के करीब एक्यूज्ड हैं। कुछ के डॉक्यूमेंट्स ठीक फाइल हैं, कुछ के डॉक्यूमेंट्स कम थे, उनके खिलाफ कार्रवाई कर रहे हैं। ਲੁਧਿਆਣਾ ਪੁਲਿਸ ਦੀ ਟੀਮ ਸਪੈਸ਼ਲ 26 ਨੇ ਸਿਰਫ 2 ਦਿਨਾਂ ਵਿੱਚ ਠੱਗ ਟਰੈਵਲ ਏਜੰਟਾਂ ਦਾ ਲੱਕ ਤੋੜ ਦਿੱਤਾ। ਇਸ ਟੀਮ ਨੇ ਇਹਨਾਂ ਠੱਗ ਟਰੈਵਲ ਏਜੰਟਾਂ ਖਿਲਾਫ ਕੁੱਲ 29 ਕੇਸ ਦਰਜ ਕੀਤੇ ਅਤੇ 57 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ। ਇਹ ਸਾਰਾ ਕੁਝ ਸਿਰਫ 2 ਦਿਨਾਂ ਵਿੱਚ ਕੀਤਾ ਗਿਆ। ਇਹ ਧਿਆਨ ਦੇਣ ਯੋਗ ਹੈ ਕਿ ਪੰਜਾਬੀ ਨੌਜਵਾਨ ਹਮੇਸ਼ਾ ਡਾਲਰਾਂ ਦੇ ਚੁੰਗਲ ਨਾਲ ਪ੍ਰਭਾਵਿਤ ਹੁੰਦੇ ਰਹੇ ਨੇ ਅਤੇ ਉਹ ਹਮੇਸ਼ਾ ਵਿਦੇਸ਼ ਜਾਣ ਲਈ ਉਤਾਵਲੇ ਰਹਿੰਦੇ ਹਨ। ਉਹਨਾਂ ਦੀ ਕਮਜ਼ੋਰੀ ਦਾ ਬਹੁਤ ਵੱਡਾ ਫਾਇਦਾ ਪੰਜਾਬ ਵਿੱਚ ਮੌਜੂਦ ਟਰੈਵਲ ਏਜੰਟਾਂ ਦੁਆਰਾ ਲਿਆ ਜਾ ਰਿਹਾ ਹੈ। ਇਹ ਨੌਜਵਾਨ ਇਹਨਾਂ ਠੱਗਾਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਆਪਣੀ ਮਿਹਨਤ ਦੀ ਕਮਾਈ ਗਵਾ ਰਹੇ ਨੇ। ਲੁਧਿਆਣਾ ਪੁਲਿਸ ਨੇ ਇਹਨਾਂ ਠੱਗ ਟਰੈਵਲ ਏਜੰਟਾਂ ਖਿਲਾਫ ਮੁਹਿੰਮ ਚਲਾਈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਠੱਗਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾਵੇਗਾ। ਲੁਧਿਆਣਾ ਪੁਲਿਸ ਨੇ ਇੱਕ ਮੁਹਿੰਮ ਚਾਲੂ ਕੀ ਹੈ ਟਰੈਵਲ ਏਜੰਟਸ ਕੇ ਖਿਲਾਫ ਜੋ ਕਿ ਬਿਨਾਂ ਲਾਇਸੈਂਸ ਕੇ ਜੋ ਆਪਰੇਟ ਕਰ ਰਹੇ ਹੈ ਲੁਧਿਆਣਾ ਮੇਂ। ਪਿਛਲੇ ਜੋ ਇਹ 2 ਦਿਨ ਕੇ ਅੰਦਰ ਹਮਨੇ 29 ਕੇ ਕਰੀਬ FIRें ਦਰਜ ਕੀ ਹੈਂ ਔਰ ਇਸਮੇ 57 ਕੇ ਕਰੀਬ ਐਕਿਊਜ਼ਡ ਹੈ ਔਰ ਇਨਮੇ ਜੋ ਹੈ ਛਾਪੇਮਾਰੀ ਚੱਲ ਰਹੀ ਹੈ। ਇਸਮੇ ਕੁਛ ਕੇਸਿਸ ਮੇਂ ਅਰੈਸਟ ਕੀਏ ਹੈ, 29 FIRs ਹੈ ਟੋਟਲ ਔਰ ਤਕਰੀਬਨ 100 ਕੇ ਕਰੀਬ ਟਰੈਵਲ ਏਜੰਟਸ ਕੀ ਜੋ ਦੁਕਾਨੇ ਹੈ ਉਨਕੀ ਹਮ ਲੋਗੋਂ ਨੇ ਚੈਕਿੰਗ ਕੀ ਥੀ, ਜਿਸਮੇ ਕਿ ਕੁਛ ਕੇ ਡਾਕੂਮੈਂਟਸ ਠੀਕ ਪਾਏ ਹੈ, ਕੁਛ ਕੇ ਡਾਕੂਮੈਂਟਸ ਕਮ ਥੇ, ਉਨਕੇ ਖਿਲਾਫ ਕਾਰਵਾਈ ਕਰ ਰਹੇ ਹੈਂ। इसमें हमने 26 टीमें जो है चेकिंग के लिए बनाई हैं जो कि गजटेड ऑफिसर्स के अंडर कंट्रोल में है, सुपरविज़न में, और वो इनकी चेकिंग कर रहे हैं। सर अभी भी चल रही है रेगुलर चेकिंग? हाँ, वो रेगुलर चेकिंग चल रही है। इसमें नए नए शॉप्स खुल जाती हैं बिना लाइसेंस के तो उसकी वेरिफिकेशन चलती रहती है। सर ऐसा भी है जैसे कुछ सोशल मीडिया पर भी लोगों को ऐड वगैरह देखे, कुछ गुमराह कर रहे हैं, उनको भी वेरीफाई करके उनके खिलाफ भी कार्रवाई करेंगे? जो भी हमें इन्फॉर्मेशन मिलती है कि कोई आदमी बिना लाइसेंस के ऑपरेट कर रहा है और लोगों को गुमराह करके जो है बाहर भेजने का काम कर रहा है और बड़े पैसे ले रहे हैं, तो उनके खिलाफ हमारी मुहिम जारी रहेगी। ਟਰੂਸਕੂਪ ਨਿਊਜ਼ ਵੱਲੋਂ ਬਾਹਰ ਜਾਣ ਵਾਲੇ ਚਾਹਵਾਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਤਾਂ ਕਿ ਤੁਸੀਂ ਟਰੈਵਲ ਏਜੰਟਾਂ ਵੱਲੋਂ ਹੋ ਰਹੀ ਧੋਖਾਧੜੀ ਦੇ ਸ਼ਿਕਾਰ ਨਾ ਹੋਵੋ। ਤੁਹਾਨੂੰ ਉਸ ਟਰੈਵਲ ਏਜੰਟ ਬਾਰੇ ਪੂਰੀ ਜਾਣਕਾਰੀ ਹੋਣਾ ਜ਼ਰੂਰੀ ਹੈ ਜਿਸ ਏਜੰਟ ਕੰਪਨੀ ਦੁਆਰਾ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੰਪਨੀ ਰਜਿਸਟਰਡ ਹੈ ਜਾਂ ਨਹੀਂ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।